ਕੈਨੇਡਾ ਦੇ ਫੂਡ ਇਨਸਪੈਕਸ਼ਨ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਸੇਵ ਔਨ ਫੂਡਸ ਦੇ ਵੱਲੋਂ 블루베리즈 ਪੇਚੀਆਂ ਗਈਆਂ ਨੇ ਡੋਲ ਬ੍ਰਾਂਡ ਫਰੈਸ਼ ਪੈਕਡ ਬਲੂਬੇਰੀਜ਼ ਉਸ ਤੇ ਉੱਤੇ ਲਿਖਿਆ ਹੋਇਆ ਜੋ ਕਿ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਈਆਂ ਗਈਆਂ ਨੇ ਇਹਨਾਂ ਬਲੂਬੇਰੀਜ਼ ਦੇ ਵਿੱਚ ਸਾਈਕਲੋਸਪੋਰਾ ਹੋ ਸਕਦਾ ਹੈ ਦਰਅਸਲ ਜੇਕਰ ਕਿਸੇ ਖਾਣ ਵਾਲੀ ਚੀਜ਼ ਦੇ ਵਿੱਚ ਸਾਈਕਲੋਸਪੋਰਾ ਹੋਵੇ ਤਾਂ ਇਸ ਦੀ ਮੌਜੂਦਗੀ ਦਿਖਾਈ ਨਹੀਂ ਦਿੰਦੀ ਕਿ ਇਹ ਨਹੀਂ ਦਿਖਾਈ ਦਿੰਦਾ ਕਿ ਉਹ ਖਾਣ ਵਾਲੀ ਚੀਜ਼ ਖਰਾਬ ਹੋ ਗਈ ਹੈ ਪਰ ਉਸ ਨੂੰ ਖਾਣ ਦੇ ਨਾਲ ਬਿਮਾਰ ਹੋ ਸਕਦੇ ਹੋ ਜਿਵੇਂ ਕਿ ਡਾਇਰੀਆ ਹੋ ਸਕਦਾ ਹੈ ਪੇਟ ਦਰਦ ਹੋ ਸਕਦਾ ਹੈ ਤੇ ਨੌਜ਼ੀਆ ਹੋ ਸਕਦਾ ਹੈ ਤੇ ਜੇਕਰ ਕੋਈ ਵੀ ਇਹਨਾਂ ਬਲੂਬੇਰੀਜ਼ ਨੂੰ ਖਾਣ ਤੋਂ ਬਾਅਦ ਮਾਲ ਮਹਿਸੂਸ ਕਰ ਰਿਹਾ ਹੋਵੇ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਇਸ ਦੇ ਬਾਰੇ ਕੈਨੇਡਾ ਫੂਡ ਇਨਸਪੈਕਸ਼ਨ ਏਜੰਸੀ ਨੇ ਦੱਸਿਆ ਹੈ ਕਿ ਸਾਰੀ ਮਾਰਕੀਟ ਦੇ ਵਿੱਚੋਂ ਇਹਨਾਂ ਬਲੂ ਬੇਰੀਜ਼ ਨੂੰ ਹਟਾਇਆ ਜਾ ਰਿਹਾ ਹੈ ਜਿਸ ਦੀ ਕੇ ਵਿਕਰੀ ਕੈਨੇਡਾ ਭਾਰ ਵਿੱਚ ਵੱਖ-ਵੱਖਰੇ ਹਿੱਸਿਆਂ ਦੇ ਵਿੱਚ ਹੋਈ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਵੀ ਇਹਨਾਂ ਬਲੂ ਬੇਰੀਜ਼ ਨੂੰ ਖਰੀਦੇ ਹੈ ਤਾਂ ਤੁਸੀਂ ਇਹਨਾਂ ਨੂੰ ਵਾਪਸ ਕਰ ਸਕਦੇ ਹੋ ਜਾਂ ਛੋਟ ਸਕਦੇ ਹੋ ਇਹਨਾਂ ਨੂੰ ਖਾਇਆ ਨਾ ਜਾਵੇ ਜੋ ਕਿ ਅਲਬਰਟਾ ਬ੍ਰਿਟਿਸ਼ ਕੋਲੰਬੀਆ ਮੈਨੀਟੋਬਾ ਸਸਕਾਚਵਨ ਯੂਕੌਨ ਤੇ ਹੋਰ ਵੀ ਦੇਸ਼ਾਂ ਕਈ ਥਾਵਾਂ ਦੇ ਉੱਤੇ ਵਿਕੀਆਂ ਹੋ ਸਕਦੀਆਂ ਜਿਸ ਦੇ ਬਾਰੇ ਕੈਨੇਡਾ ਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ